ਸੁਖਪਾਲ ਸਿੰਘ ਖਹਿਰਾ ਨੇ ਪਰਮਿੰਦਰ ਸਿੰਘ ਬਾਜਵਾ ਖਿਲਾਫ ਕੀਤੀ ਪੁਲਸੀਆ ਕਾਰਵਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਬਦਲਾਖੋਰੀ ਦੀ ਕਾਰਵਾਈ ਦੱਸਿਆ। ਬਹੁਤ ਹੀ ਦੁੱਖ ਦੀ ਗੱਲ ਹੈ ਕਿ SHO ਬਾਜਵਾ ਜਿਸ ਨੇ ਜ਼ੁਰਤ ਕੀਤੀ ਸੀਗੀ ਇੱਕ ਕਾਂਗਰਸ ਦੇ ਲੀਡਰ ਦੇ ਖਿਲਾਫ FIR ਗੈਰ ਕਾਨੂੰਨੀ ਮਾਈਨਿੰਗ ਦੀ ਕਰਨ ਦੀ, ਉਹਦੇ 'ਤੇ ਕੈਪਟਨ ਅਮਰਿੰਦਰ ਸਿੰਘ ਹੁਣ ਬਦਲਾਖੋਰੀ ਦੀ ਕਾਰਵਾਈ ਨਾਲ ਕੰਮ ਕਰ ਰਹੇ ਨੇ। ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ SHO ਬਾਜਵਾ ਦੇ ਕਰੈਕਟਰ 'ਤੇ ਸਵਾਲ ਖੜ੍ਹੇ ਕੀਤੇ ਸੀਗੇ, ਉਸ ਨੇ ਮੋੜਵਾਂ ਜਵਾਬ ਦਿੱਤਾ ਸੀ ਅਮਰਿੰਦਰ ਸਿੰਘ ਨੂੰ ਕਿ ਤੁਸੀਂ ਆਪਣੇ ਗਿਰੇਵਾਨ ਵਿੱਚ ਚੱਕੋ, ਤੁਸੀਂ ਇੱਕ ਪਾਕਿਸਤਾਨ ਦੀ ਔਰਤ ਨੂੰ ਚੀਫ ਮਿਨਿਸਟਰ ਦੀ ਸਰਕਾਰੀ ਰਿਹਾਇਸ਼ਗਾਹ ਦੇ ਉੱਤੇ ਰੱਖਿਆ ਹੋਇਆ। ਉਸ ਦਿਨ ਤੋਂ ਬਾਅਦ ਮੈਨੂੰ ਇਸ ਗੱਲ ਦਾ ਇਲਮ ਸੀ, ਮੈਂ ਮੀਡੀਆ 'ਚ ਵੀ ਵਾਰਨ ਕੀਤਾ ਸੀਗਾ ਕਿ ਇਸ SHO ਨੂੰ ਹੁਣ ਪੁਲਿਸ ਅਰੈਸਟ ਵੀ ਕਰੇਗੀ, ਇਸ 'ਤੇ ਬਦਲਾਖੋਰੀ ਦੀ ਕਾਰਵਾਈ ਵੀ ਕਰੇਗੀ ਔਰ ਇਹਨੂੰ ਅਲਟੀਮੇਟਲੀ 311 ਲਾ ਕੇ ਪੁਲਿਸ ਫੋਰਸ 'ਚੋਂ ਡਿਸਮਿਸ ਵੀ ਕੀਤਾ ਜਾਵੇਗਾ।